ਹੁਸ਼ਿਆਰਪੁਰ ਦੇ ਕਸਬਾ ਗੜਸ਼ੰਕਰ ਅਧੀਨ ਪੈਂਦੇ ਪਨਾਮ ਵਿੱਚ ਇੱਕ ਭਿਆਨਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਬੱਸ ਅਤੇ ਮੋਟਰਸਾਈਕਲ ਦੀ ਭਾਰੀ ਟੱਕਰ ਹੋ ਗਈ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਬੱਸ ਡਰਾਈਵਰ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 4-5 ਵਜੇ ਵਿੱਚ ਕਰੀਬ ਐਕਸੀਡੈਂਟ ਹੋ ਗਿਆ ਜੀ, ਬੱਸ ਜੀ ਦੇ ਯੂਪੀ ਦੇ ਰਹਿਣ ਵਾਲੇ ਹੈਗੇ ਜੀ, ਇਹਨਾਂ ਦੇ ਰਿਸ਼ਤੇਦਾਰ ਸਾਡੇ ਸਭ ਦੇ ਉੱਤੇ ਯੂਪੀ 'ਚ ਹੈਗੇ, ਇੱਥੇ ਥੋੜ੍ਹੇ ਥੋੜ੍ਹੇ ਇੱਕੀ ਤੋਂ ਹੈਗੇ, ਉਹ ਮੇਰੇ ਦੇ ਜੀਜਾ ਦੇ ਭਾਈ ਲੱਗਦੇ ਹੈਗੇ ਜੀ। ਇਹ ਪਨਾਹ ਪਿੰਡ ਦੇ ਨਜ਼ਦੀਕ ਇੱਕ ਐਕਸੀਡੈਂਟ ਹੋ ਗਿਆ, ਐਕਸੀਡੈਂਟ ਹੋਣ ਕਰਕੇ ਦੋਨਾਂ ਪ੍ਰਵਾਸੀ ਮਜ਼ਦੂਰ ਸਨ ਜਿਨ੍ਹਾਂ ਦੀ ਡੈੱਥ ਹੋ ਗਈ ਆ, ਜੋ ਮੈਂ ਮੌਕੇ 'ਤੇ ਪਹੁੰਚ ਕੇ ਉਹਨਾਂ ਦੇ ਵਾਰਸ ਵੀ ਮੌਕੇ 'ਤੇ ਪਹੁੰਚ ਗਏ ਸੀ, ਉਹਨਾਂ ਕੋਲ ਸ਼ਨਾਖਤ ਵੀ ਕਰਵਾਈ ਅਤੇ ਉਹਦੇ ਬਾਅਦ 'ਚ ਡੈੱਡ ਬੋਡੀ ਰਿਕਵਰ ਕਰਕੇ ਨਵਾਂ ਸ਼ਹਿਰ ਮੋਰਚੀ 'ਚ ਦਿਖਾਈ ਗਈ ਹੈ। ਅਤੇ ਮੋਟਰਸਾਈਕਲ ਦੇ ਮਗਰ ਇੱਕ ਟਰੈਲੀ ਬੱਝੀ ਹੁੰਦੀ ਹੈ, ਉਹ ਟਰੈਲੀ ਦੇ ਉੱਪਰ ਅਮਰੂਦ ਮਰਾਂ ਲੱਦ ਕੇ ਅਤੇ ਗੜਸ਼ੰਕਰ ਵੇਚਣ ਜਾ ਰਹੇ ਸੀ, ਅਤੇ ਆਪਣੇ ਦੋਨਾਂ ਆਪਣੇ ਮ੍ਰਿਤਕਾਂ ਦੀ ਸ਼ਨਾਖਤ ਹੋ ਚੁੱਕੀ ਹੈ। ਵਾਰਸਾਂ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਬੱਸ ਜਿਹੜੀ ਅਰੈਸਟ ਕਰ ਲਈ ਹੈ, ਮਤਲਬ ਕਾਬੂ ਕਰ ਲਈ ਹੈ, ਅਤੇ ਜਿਹੜੀ ਆਪਣਾ ਡਰਾਈਵਰ ਅਰੈਸਟ ਕਰਨਾ ਬਾਕੀ ਹੈ।